गर्मी जा कोई ना ना गर्मी गुर्मी ना जैसे पता ही नहीं गा। 75 ई बारे तुसी की कहना कहोगे, नाट ग्यारह बारे की कहोगे? उन्ना टाइम जेड़ा नाट ग्यारह सीगा सब तो सिरे दा ट्रैक्टर। सत श्री अकाल दोस्तो, मैं परमजीत सिंह ते साडे चैनल ते तुहाडा स्वागत है जी। ते अज आपां मान फार्म दी कामयाबी बारे थोनों ये नाल वीडियो शेयर करते हैं भी अपना जिहड़ा मान फार्म किवें तैयार होया है। साडे बजुर्ग जिहड़े सख्त मेहनत दे नाल ये मान फार्म साडा बनिया है, ते तुहानूं अज मिलाउने आ साडे सरदार जतिंदर सिंह, साढ़े फादर साहब जिहड़े इस टाइम ट्रैक्टर चलाई जांदे आ, उन्हां नूं पुछांगे वी अज तों 50 साल पहला उन्होंने जिहड़ी मान फार्म की कामयाबी शुरू की आ ते किहड़े हिसाब नाल उह पहला वाई बीजदे सी वढ़दे सी ते की कुछ करदे रहे आ, ते करदे आ आपां उन्हां दे नाल गल्लबात, रोकदे आ उन्हां नूं आपां ट्रैक्टर तों ते पुछदे आ ते सारी गल्लबात उन्हां नाल करदे आ आपां। ते आ जाओ फिर करदे आ गल्लबात, ते आ जाओ उन्हां नाल करिए गल्लबात, पुछगे इन्हां नूं तो आ जाओ आपां पुछदे आ वी अज तों 50 साल पहलां इह कादे नाल वाही करदे हुंदे सी ते किन्ना टाइम वाहुंदे सी। हांजी दसो जी वी अज तों 50 साल पहलां तुसीं ਜਿਹੜੀ ਵਾਈ ਕਰਦੇ ਸੀ ਕਿਸ ਚੀਜ਼ ਨਾਲ ਵਾਈ ਕਰਦੇ? ਉਹ ਬਲਦਾਂ ਨਾਲ ਕਰਦੇ ਸੀ। ਇੱਕ ਹਲ ਹੁੰਦਾ ਸੀ ਬਲਦਾਂ ਦਾ, ਤੜਕੇ 4 ਵਜੇ ਉੱਠ ਕੇ ਜੋੜੀਦੇ ਸੀਗੇ। ਠੀਕ ਆ ਜੀ। ਤੇ 9-10 ਵਜੇ ਨੂੰ ਪੈ ਕਿੱਲਾ ਡੂਢ ਕਿੱਲਾ ਵਾਹ ਕੇ ਤੇ ਛੱਡ ਦੇਈਦੇ ਸੀ। ਤੇ ਅੱਜ ਤੁਸੀਂ ਉਦੋਂ ਬਾਅਦ ਬਲਦਾਂ ਤੋਂ ਬਾਅਦ ਫੇਰ ਟਰੈਕਟਰ ਕਿਹੜੇ ਟਰੈਕਟਰ ਨਾਲ ਵਾਈ ਕਰਦੇ ਰਹੇ? ਉਦੋਂ ਬਾਅਦ ਫੇਰ ਲਿਆ ਜੀਟਰ 25A। 25A, ਅੱਛਾ। ਉਹਦੇ ਮਗਰ ਕਿੰਨੇ ਹਲ ਹੁੰਦੇ ਸੀ? ਉਹਦੇ ਮਗਰ 7 ਵੀ ਪਾ ਲੈਂਦੇ ਸੀ, 9 ਵੀ ਪਾ ਲੈਂਦੇ ਸੀ। ਠੀਕ ਹੈ। ਉਹ ਕਿੰਨਾ ਟਾਈਮ 'ਚ ਕਿੰਨੇ ਕਿੱਲੇ ਵਾਹਣ ਵਾਹ ਦਿੰਦਾ ਸੀ? ਉਹ ਤਾਂ 1.5 ਕਿੱਲਾ ਵਾਹੁੰਦਾ ਸੀ ਘੰਟੇ 'ਚ। ਠੀਕ ਹੈ। ਤੇ ਉਹਨੂੰ ਤੁਸੀਂ ਕਿੰਨਾ ਚਿਰ ਵਾਹੁੰਦੇ ਸੀ? ਸਾਰੀ ਦਿਹਾੜੀ ਵਾਹੁੰਦੇ ਸੀ? ਸਾਰੀ ਦਿਹਾੜੀ ਨਹੀਂ ਸੀ, ਉਹ ਵਗਦਾ ਗਰਮ ਹੋਣ ਲੱਗ ਜਾਂਦਾ ਸੀ ਗਰਮੀ 'ਚ। ਠੀਕ ਹੈ ਜੀ। ਠੰਡੇ ਠੰਡੇ ਵਾਹੁਣਾ ਪੈਂਦਾ ਸੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੋਸਤੋ ਅਸੀਂ HMT 6911 ਮਾਡਲ ਜਿਹੜਾ ਇਹਨਾਂ ਨੇ ਤਕਰੀਬਨ 40 ਸਾਲ ਉਹ ਟਰੈਕਟਰ 6911 ਵਾਹਿਆ, ਤੇ ਤੁਹਾਨੂੰ 6911 ਦੀ ਵਾਹੀ ਜਿਹੜੀ ਸੀ ਉਹ ਕਿਵੇਂ ਲੱਗੀ? ਤੇ ਅੱਜ ਦੀ ਜਿਹੜੀ ਇਹ 75 ਈ ਬਾਰੇ ਤੁਸੀਂ ਕੀ ਕਹਿਣਾ ਕਹੋਗੇ, 6911 ਬਾਰੇ ਕੀ ਕਹੋਗੇ? ਉਹਨਾਂ ਟਾਈਮਾਂ 'ਚ ਜਿਹੜਾ 6911 ਸੀਗਾ ਸਭ ਤੋਂ ਸਿਰੇ ਦਾ ਟਰੈਕਟਰ ਸੀ। ਠੀਕ ਹੈ ਜੀ। ਤੇ ਜਿਹੋ ਜੀ ਉਹ ਵਾਹੀ ਕਰਦਾ ਸੀ ਹੋਰ ਕਿਸੇ ਟਰੈਕਟਰ ਨੇ ਨੀ ਉਹ ਵਾਹੀ ਕੀਤੀ। ਠੀਕ ਹੈ। 35-40 ਸਾਲ ਉਹ ਵਾਹਿਆ। ਠੀਕ ਆ। ਤੇ ਬਹੁਤ ਨਜ਼ਾਰੇ ਬੰਨੇ ਉਹਨੇ। ਠੀਕ ਆ। ਉਦੋਂ ਬਾਅਦ ਹੁਣ ਫੇਰ ਆ ਉਹ ਜਿਹੜਾ 81 ਮਾਡਲ 6911 ਤੁਸੀਂ ਚਲਾਇਆ ਉਹਦੀ ਮਿਹਨਤ ਨਾਲ ਇਹ ਮਾਨ ਫਾਰਮ ਤਿਆਰ ਹੋਇਆ? ਹਾਂ, ਉਸੇ ਦੀ ਮਿਹਨਤ ਨਾਲ। ਠੀਕ ਆ। ਉਦੋਂ ਬਾਅਦ ਕਾਮਯਾਬੀ 5105 ਆਪਾਂ ਹੁਣ ਲਿਆਂਦਾ, ਤੇ ਉਹਦੀ ਵਾਈ ਦਾ ਤੇ ਇਹਦੀ ਵਾਈ ਦਾ ਹੁਣ ਕਿੰਨਾ ਕੁ ਤੁਹਾਨੂੰ ਸੌਖਾ, ਕਿੰਨਾ ਕੁ ਫਰਕ ਆ? ਹੁਣ ਤਾਂ ਦਿਨ ਰਾਤ ਦਾ ਫਰਕ ਹੈ। ਉਹ ਤਾਂ ਛਤਰੀ ਲੱਗੀ ਹੁੰਦੀ ਸੀ, ਕਦੇ ਛਤਰੀ ਦਾ ਤਰਪਾਲ ਪਾਟ ਜਾਂਦਾ ਸੀ, ਬਿਨਾਂ ਛਤਰੀ ਤੋਂ ਵਾਹੁੰਦੇ ਸੀ। ਠੀਕ ਆ। ਹੁਣ AC ਕੈਬਨ ਹੈ, ਉਹਦੇ ਮਗਰ 11 ਹੁੰਦੇ ਸੀ, ਇਹਦੇ ਮਗਰ 15। ਠੀਕ ਆ। AC ਕੈਬਨ ਹੈ, ਹੁਣ ਤਾਂ ਨਜ਼ਾਰਾ ਹੀ ਹੈ। ਸਾਰੀ ਦਿਹਾੜੀ ਤੁਸੀਂ ਵਾਹ ਸਕਦੇ? ਸਾਰੀ ਦਿਹਾੜੀ ਵਾਹ ਸਕਦਾ ਮੈਂ, ਕੋਈ ਦਿੱਕਤ ਨਹੀਂ। ਕੋਈ ਦਿੱਕਤ ਨਹੀਂ। ਤੇ ਉਹ 6911 ਨੂੰ ਤੁਸੀਂ ਤਰੀਕ ਤਕਰੀਬਨ ਦੇ ਬ੍ਰੇਕਾਂ ਤੋਂ ਬਿਨਾਂ ਉਹ ਨਹੀਂ ਮੁੜਦਾ ਸੀ, ਤੇ ਇਹਨੂੰ ਮੋੜਨਾ ਪੈਂਦਾ ਬ੍ਰੇਕ ਲਾਉਣਾ? ਨਹੀਂ, ਇਹਨੂੰ ਨਹੀਂ ਲਾਉਣੇ ਪੈਂਦੇ ਬ੍ਰੇਕ। ਉਹ ਬ੍ਰੇਕਾਂ ਤੋਂ ਬਿਨਾਂ ਨਹੀਂ ਮੁੜਦਾ ਸੀ? ਹਾਂ, ਉਹ ਸਿਰੇ ਤੋਂ ਉਹਨੂੰ ਬ੍ਰੇਕ ਲਾਉਣੇ ਹੀ ਲਾਉਣੇ ਪੈਂਦੇ ਸੀ, ਨਹੀਂ ਵੱਟ 'ਚ ਵੱਜ ਜਾਂਦਾ ਸੀ, ਜਾ ਕੇ ਸਪੈਂਡਲ ਭੰਨ ਦਿੰਦਾ ਸੀ। ਠੀਕ ਆ ਜੀ। ਤੇ ਇਹ ਟਰੈਕਟਰ ਕਿੰਨਾ ਟਾਈਮ ਵਾਹ ਕੇ ਤੁਸੀਂ ਕਿੰਨਾ ਵਾਹਣ ਵਾਹ ਸਕਦੇ ਹੋ? ਇਹ ਤਾਂ ਜਿੰਨਾ ਵਾਹਣ ਹੋਵੇ, 35-40 ਕਿੱਲੇ 50 ਕਿੱਲੇ ਹੋਣ ਤੇ ਵਾਹ ਕੇ ਸਾਰੇ ਵੀ ਵਾਹ ਕੇ ਛੱਡ ਸਕਦੇ ਆ। ਇਹਦੇ 'ਚ ਤੁਹਾਨੂੰ ਕੋਈ ਗਰਮੀ ਜਾਂ ਕੋਈ? ਨਾ ਨਾ, ਗਰਮੀ ਗੁਰਮੀ ਦਾ ਵੈਸੇ ਪਤਾ ਹੀ ਨਹੀਂ ਗਾ ਵੀ ਗਰਮੀ ਕੀ ਹੁੰਦੀ ਹੈ। ਠੀਕ ਆ। ਇਹ ਤਾਂ ਬਾਹਰ ਨਿਕਲੇ ਤੋਂ ਪਤਾ ਲੱਗਦਾ ਵੀ ਗਰਮੀ ਹੈਗੀ ਹੈ। ਵੀ ਇਹ ਤੁਹਾਨੂੰ ਜਮਾਂ ਚੀਜ਼ ਐਂ ਲੱਗਦਾ ਵੀ ਬਾਹਰਲੇ ਮੁਲਕ ਵਾਲਾ ਸਿਸਟਮ, ਜਿਵੇਂ ਬਾਹਰਲੇ ਮੁਲਕਾਂ 'ਚ ਚੱਲਦੀ ਆ ਚੀਜ਼, ਵੀ ਉਹੀ ਸਹੂਲਤਾਂ
ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਸਾਰਾ ਤੁਹਾਨੂੰ ਗੱਲਬਾਤ ਕਰਾਤੀ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਰੀ ਸਾਰੀ ਦਿਹਾੜੀ ਟਰੈਕਟਰ ਇਹ ਚੱਲਦਾ ਕੋਈ ਇਹਨਾਂ ਨੂੰ ਹੁਣ ਗਰਮੀ ਵੀ ਮਹਿਸੂਸ ਹੁੰਦੀ ਤੇ ਗਰਮੀ ਨਹੀਂ ਮਹਿਸੂਸ ਹੁੰਦੀ ਤੇ ਜਿਹੜੀ ਬਰਕਾਂ ਦੀ ਵਾਰੀ ਸੀ ਇਹਨਾਂ ਦਾ ਕਹਿਣਾ ਵੀ 2 ਘੰਟੇ ਅਸੀਂ ਬਰਕ ਵਾਉਂਦੇ ਸੀ ਜਾਂ 3 ਘੰਟੇ ਤੇ ਮੁੜ ਕੇ 10 ਵਜੇ ਤੋਂ ਪਹਿਲਾਂ ਉਹਨਾਂ ਨੂੰ ਮਤਲਬ ਕਿ ਆਪਾਂ ਰੈਸਟ ਵਾਸਤੇ ਛਾਂ ਪਾਣੀ ਉਹਨਾਂ ਨੂੰ ਪਿਆਉਂਦੇ ਸੀ ਤੇ ਛੱਡ ਦਿੰਦੇ ਸੀ ਤੇ ਦੋਸਤੋ ਤੁਸੀਂ ਸਾਡੇ ਮਾਨ ਫਾਰਮ ਬਾਰੇ ਪੂਰੀ ਤੁਹਾਨੂੰ ਆਪਾਂ ਜਾਣਕਾਰੀ ਦਿੱਤੀ ਆ ਵੀ ਅੱਜ ਤੋਂ 50 ਸਾਲ ਇਹਨਾਂ ਦੀ ਵਾਹੀ ਜਿਹੜੀ ਸੀ ਕਿਵੇਂ ਕਰਦੇ ਸੀ ਤੇ ਅੱਜ ਤੁਹਾਡੇ ਸਾਹਮਣੇ ਆ ਵੀ 15 ਹਲਾਂ ਤੇ ਏਸੀ ਕੈਬਨ ਦੇ ਵਿੱਚ ਬੈਠੇ ਆ ਤੇ ਪੂਰੇ ਹੀ ਮਤਲਬ ਕਿ ਟੌਰ ਨਾਲ ਵਾਹੀ ਕਰ ਰਹੇ ਆ। ਉਸ ਤੋਂ ਜਿਹੜੀ ਇਹ ਵਾਹੀ ਆਪਣੀ ਕਰ ਰਹੇ ਅਸੀਂ ਇਕੱਲੇ ਝੋਨਾ ਕਣਕ ਤੇ ਨਹੀਂ, ਸਾਡਾ 3-4 ਫਸਲਾਂ ਦਾ ਬਦਲਾਅ ਹੈ। ਜਿਵੇਂ ਹੁਣ 1509 ਦੀ ਸਟਾਰਟਿੰਗ ਅਸੀਂ ਕਰੀ ਬੈਠੇ ਹਾਂ, ਚੱਲੀ ਜਾਂਦਾ ਕੰਮ, ਤਾਂ ਇਹਦੇ ਤੋਂ ਬਾਅਦ ਅਸੀਂ ਗੋਭੀ ਦੀ ਫਸਲ ਲਾਵਾਂਗੇ ਤੇ ਫਿਰ ਦੁਬਾਰਾ ਕਣਕ 58-52 ਵਰਾਇਟੀ ਲੇਟ ਵਰਾਇਟੀ ਅਸੀਂ ਬੀਜਦੇ ਹਾਂ। ਅਸੀਂ 3 ਫਸਲਾਂ ਤਕਰੀਬਨ ਅਸੀਂ ਚੱਕਦੇ ਹਾਂ ਤਾਂ 3 ਫਸਲਾਂ ਦੇ ਬਦਲਾਅ ਨਾਲ ਹੀ ਇੰਨੀ ਇਹ ਕਾਮਯਾਬੀ ਹੋਈ ਆ। ਤਾਂ ਪਹਿਲਾਂ ਜਿਹੜੀ ਇਹਨਾਂ ਦੀ ਵਾਹੀ ਸੀ ਇਦੋਂ 40 ਸਾਲ ਪਹਿਲਾਂ, ਤਾਂ ਉਦੋਂ ਸਾਧਨ ਘੱਟ ਹੋਣ ਦੇ ਕਾਰਨ ਥੋੜ੍ਹੀ ਥੋੜ੍ਹੀ ਇਹ ਗੋਭੀ ਵਗੈਰਾ ਲਾਉਂਦੇ ਸੀ, ਕੋਈ 2 ਕਿੱਲੇ ਜਾਂ 4 ਕਿੱਲੇ ਗੋਭੀ ਲਾਉਂਦੇ ਸੀ। ਤਾਂ ਅੱਜ ਸਾਧਨ ਵੀ ਬਣ ਗਏ ਅਤੇ ਜ਼ਮੀਨ ਵੀ ਬਣ ਗਈ ਅਤੇ ਅਸੀਂ ਤਕਰੀਬਨ 50-50 ਕਿੱਲੇ, 55-55 ਕਿੱਲੇ ਅਸੀਂ ਗੋਭੀ ਦੀ ਫਸਲ ਲਾਉਂਦੇ ਹਾਂ, ਜਿਹੜੀ 3 ਫਸਲ ਅਸੀਂ ਚੱਕਦੇ ਹਾਂ। ਅਤੇ ਕੁਸਬਾਨ ਸਾਡਾ ਜਿਹੜਾ ਹੈਗਾ ਤਕਰੀਬਨ ਅਸੀਂ ਜਿਹੜਾ ਬਾਗ ਆ ਸਾਡਾ ਉਹਦੇ ਵਿੱਚ ਐਡਜਸਟ ਕੀਤਾ ਹੋਇਆ, ਕੁਸ ਬਾਗ ਵੀ ਸਾਡਾ ਲੱਗਾ ਹੋਇਆ। ਅਤੇ ਇਹੀ ਸਾਡੀ ਮਤਲਬ ਕਿ ਮਾਨ ਫਾਰਮ ਦੀ ਕਾਮਯਾਬੀ ਆ ਜੀ। ਅਤੇ ਜਿਹੜੇ ਸਾਡੇ ਪੁਰਾਣੇ ਬਜ਼ੁਰਗਾਂ ਦੀ ਜਿਹੜੀ ਸਖਤ ਮਿਹਨਤ ਦਾ ਇਹ ਮਤਲਬ ਨਤੀਜਾ ਜਿਹੜਾ ਸਾਨੂੰ ਇਹ ਮੌਜ ਕਰਨ ਵਾਸਤੇ ਸਾਡਾ ਇੰਨਾ ਪ੍ਰੋਫਿਟ ਸਾਡੇ ਵਾਸਤੇ ਉਹਨਾਂ ਨੇ ਸਖਤ ਮਿਹਨਤ ਦੇ ਨਾਲ ਸਾਨੂੰ ਬਣਾ ਕੇ ਦਿੱਤਾ। ਤਾਂ ਦੋਸਤੋ ਇਹ ਸਾਡੇ ਮਾਨ ਫਾਰਮ ਦੀ ਕਾਮਯਾਬੀ ਆ ਜੀ। ਅਤੇ ਜੁੜੇ ਰਹੋ ਜੇ ਸਾਡੇ ਚੈਨਲ ਨਾਲ ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਤੇ। ਸਤਿ ਸ਼੍ਰੀ ਅਕਾਲ ਜੀ।